ਲੁਧਿਆਣਾ ਦੇ ਵਿੱਚ ਮਹਾਮਾਰੀ ਨੂੰ ਰੋਕਣ ਦੇ ਲਈ ਜਿੱਥੇ ਪੁਲਿਸ ਤੇ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਪੂਰਾ ਜ਼ੋਰ ਲਗਾ ਰਹੇ ਨੇ, ਉੱਥੇ ਹੀ ਕੌਂਸਲਰ ਤੇ ਮੰਤਰੀ ਭਾਰਤ ਭੂਸ਼ਣ ਆਸ਼ੂ ਜੀ ਦੀ ਵਾਈਫ ਮਿਸਿਸ ਮਮਤਾ ਆਸ਼ੂ ਵੀ ਬੜੇ ਹੀ ਪ੍ਰਯਾਸ ਕਰ ਰਹੇ ਨੇ। ਤੋ ਹਾਲ ਹੀ ਦੇ ਵਿੱਚ ਉਹਨਾਂ ਨੇ ਜਿਹੜੀ ਘੋਸ਼ਣਾ ਦਿੱਤੀ ਹੈ ਉਹ ਲੁਧਿਆਣਾ ਵਾਲੀਆਂ ਲਈ ਬਹੁਤ ਹੀ ਜ਼ਿਆਦਾ ਸੁੱਖ ਭਰੇ ਸਾਹ ਵਾਲੀ ਖਬਰ ਹੈਗੀ ਹੈ ਕਿ ਹੁਣ ਜਬੱਦੀ ਦੇ ਵਿੱਚ ਜਿਹੜਾ ਹੈ ਹੈਲਥ ਸੈਂਟਰ ਉੱਥੇ ਕੋਵਿਡ ਸੈਂਟਰ ਦੇ ਵਿੱਚ ਕਨਵਰਟ ਹੋ ਜਾਏਗਾ ਬੁੱਧਵਾਰ ਤੋਂ, ਅਤੇ ਜਿਹਨਾਂ ਨੂੰ ਆਕਸੀਜਨ ਦੀ ਲੋੜ ਹੈਗੀ ਹੈ ਉਹ ਵੀ ਉੱਥੇ ਭਰਤੀ ਹੋ ਸਕਣਗੇ ਅਤੇ ਫ੍ਰੀ ਇਲਾਜ ਉਹਨਾਂ ਦਾ ਹੋ ਸਕੇਗਾ। ਆਓ ਦਿਖਾਉਂਦੇ ਹਾਂ ਉਹ ਕੀ ਕਹਿ ਰਹੇ ਨੇ। ਵੈਨਸਡੇ ਤੋਂ ਸਾਡਾ ਜਵੰਤੀ ਅਰਬਨ ਹੈਲਥ ਸੈਂਟਰ ਦੇ ਵਿੱਚ ਕੋਵਿਡ ਵਾਰਡ ਸਟਾਰਟ ਹੋ ਚੁੱਕਾ ਹੈ ਲੈਵਲ 2 ਦੇ ਪੇਸ਼ੈਂਟਸ ਲਈ। ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਕਿ ਜੇ ਕਿਸੇ ਨੂੰ ਵੀ ਆਕਸੀਜਨ ਦੀ ਪ੍ਰੋਬਲਮ ਆਉਂਦੀ ਹੈਗੀ ਹੈ, ਸਿਵਲ ਹੋਸਪਿਟਲ ਦੇ ਵਿੱਚ ਜੇ ਬੈੱਡ ਅਵੇਲੇਬਲ ਨਹੀਂ ਹੈ ਤਾਂ ਤੁਸੀਂ ਵਰਧਮਾਨ ਔਰ ਜਵੱਦੀ ਵੀ ਪਹੁੰਚ ਸਕਦੇ ਹੋ। ਫ੍ਰੀ ਆਫ ਕੋਸਟ ਇਲਾਜ ਕੀਤਾ ਜਾ ਰਿਹਾ ਹੈ। ਸਾਡਾ ਮੈਡੀਕਲ ਸਟਾਫ, ਸਾਡੇ ਫੋਰਥ ਕਲਾਸ ਇੰਪਲੋਈ, ਸਾਡੇ MD ਮੈਡੀਸਨ ਸਾਰੇ ਇੱਥੇ ਅਵੇਲੇਬਲ ਹੈ ਔਰ ਹਰ ਬੈਸਟ ਫੈਸਿਲਿਟੀ ਤੁਹਾਨੂੰ ਦਿੱਤੀ ਜਾ ਰਹੀ ਹੈਗੀ ਹੈ। ਅੱਜ ਅਸੀਂ ਇੱਥੇ ਵਿਜ਼ਿਟ ਕੀਤਾ ਕਿਉਂਕਿ ਸਾਡੇ ਕੋਲ ਆਲਰੇਡੀ 3 ਕੋਵਿਡ ਪੇਸ਼ੈਂਟ ਅੰਦਰ ਐਡਮਿਟ ਹੈ ਔਰ ਸਟੇਬਲ ਹੈ ਔਰ ਠੀਕ ਠਾਕ ਹੈਗੇ ਹੈ। ਸੋ ਜੇ ਕਿਸੇ ਨੂੰ ਵੀ ਲੈਵਲ 2 ਜਾਂ ਜਿਹਦੀ ਆਕਸੀਜਨ ਡਰੋਪ ਕਰਦੀ ਹੈ ਉਹਨੂੰ ਆਕਸੀਜਨ ਦੀ ਲੋੜ ਹੈ ਤਾਂ ਜਵੱਦੀ ਹੈਲਥ ਸੈਂਟਰ ਇਨਫੋਰਮ ਕਰਕੇ ਆਪਣੀ ਐਡਮਿਸ਼ਨ ਲੈ ਸਕਦੇ ਹੈਗੇ। 60 ਬੈਡਡ ਹੋਸਪਿਟਲ ਹੈ, ਜੇ ਆਉਣ ਵਾਲੇ ਟਾਈਮ 'ਚ ਲੋਡ ਪਈ ਤਾਂ ਅਸੀਂ ਇਹਨੂੰ ਇਨਕਰੀਜ਼ ਵੀ ਕਰ ਸਕਦੇ ਹੈਗੇ ਹਾਂ। ਜ਼ਿੰਮੇਦਾਰੀ ਮਮਤਾ ਆਸ਼ੂ ਜੀ ਦੀ ਅਤੇ ਪ੍ਰਸ਼ਾਸਨ ਦੀ ਜਿਹੜੀ ਹੈ ਉਹਨਾਂ ਨੇ ਬਖੂਬੀ ਨਿਭਾ ਦਿੱਤੀ, ਪਰ ਦੋਸਤੋ ਹੁਣ ਤੁਹਾਡੀ ਜ਼ਿੰਮੇਦਾਰੀ ਨਿਭਾਉਣ ਦੀ ਵਾਰੀ ਹੈਗੀ ਹੈ। ਡਿਸਟੈਂਸ ਰੱਖੋ, ਆਪਣੇ ਘਰਾਂ 'ਚ ਰਹੋ, ਮਾਸਕ ਲਗਾਓ ਤਾਂ ਕਿ ਇਸ ਬਿਮਾਰੀ ਦੇ ਨਾਲ ਲੜ ਕੇ ਤੁਸੀਂ ਜਿੱਤ ਸਕੋ।